ਨਾਮ ਜਪਦਾ ਨਿਮਾਣੀ ਜਿੰਦੇ ਔਖੇ ਵੇਲੇ ਕੰਮ ਆਵੇ। ਜਿੰਨਾ ਨਾਮ ਜਪਿਆ ਆ ਔਖਾ ਵੇਲਾ ਕਿਹੜਾ ਹੁੰਦਾ ਹੈ? ਬੋਲਿਆ ਮੇਰਾ ਮੇਰਾ ਕਰਕੇ ਸਭ ਕੇ ਪੁੱਤਰ ਧੀਆਂ ਮਾਲ ਤਦ ਕੋਈ ਸੰਗੀ ਨਾ ਬਣੇ ਜਾਪਾ ਵੇ ਕਰਪਾਲ। ਜਦੋਂ ਮੌਤ ਆਉਣੀ ਆ ਨਾ ਇਹ ਧੀਆਂ ਪੁੱਤ ਕਿੰਨੇ ਪਾਲ ਦਿਆਂਗੇ ਮੇਰਾ ਲਾਸ ਦੇ ਨਾਲ। ਮੰਨਦੇ ਵੀ ਜਦੋਂ ਆਖਰੀ ਟਾਈਮ ਆਉਣਾ ਉਦੋਂ ਕਿਸੇ ਵੀ ਸੰਗ ਨਹੀਂ ਹੋਣਾ। ਉਦੋਂ ਜਿਹੜੇ ਰਿਸ਼ਤਿਆਂ ਨੇ ਜਮਾ ਨੇ ਇਹਨੂੰ ਬੁਰਜ ਮਾਰਨੇ ਨਾ ਜਾਂ ਕੁੱਟਣਾ ਮਾਰਨਾ ਇਹਨੂੰ ਆਪ ਹੀ ਮਾਰ ਸਿਆਣ ਪੈਣਾ। ਦਿਮਾਗ ਕਿਹਨੂੰ ਪੈਣੀ ਹੈ ਜਿਹਦਾ ਨਾਮ ਨਹੀਂ ਜਪਿਆ ਜਿਹਦਾ ਕੋਈ ਭਗਤੀ ਨਹੀਂ ਕੀਤੀ। ਇਮਾਮ ਗਜ਼ਾਲੀ ਲਿਖਦੇ ਆ ਜਿਹੜਾ ਬੰਦਾ ਮਾਲਕ ਦੀ ਭਗਤੀ ਨਹੀਂ ਕਰਦਾ ਰੱਬ ਦੀ ਭਗਤੀ ਨਹੀਂ ਕਰਦਾ ਜਾਂ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਕਤਲ ਕਰਨ ਯੋਗ ਹੈ। ਉਹਨੂੰ ਕਤਲ ਕਰ ਦਿੰਦਾ ਸੇਵਾ ਦਾ ਰੱਖ ਲੱਗੇ ਮਹਾਰਾਜ ਵੀ ਕਤਲ ਕਰਨਾ ਤੇ ਪਾਪ ਘਟਣਾ ਹੈ। ਉਹ ਆਖ ਲੱਗੇ ਵੀ ਬੱਕਰਿਆਂ ਨੂੰ ਮੁਰਗਿਆਂ ਨੂੰ ਮਾਰਦੇ ਆ ਤਾਂ ਗੁਨਾਹ ਹੈ। ਆਖ ਲੱਗੇ ਨਹੀਂ ਮਾਰੋ ਤੇ ਜਨਵਰ। ਉਹ ਆਉਂਦੇ ਵੀ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਜਨਵਰ ਜਾਂ ਡੰਗਰ ਹੀ ਹੈ। ਉਹਨੂੰ ਕਤਲ ਕਰਨਾ ਤਾਂ ਪਾਪ ਨਹੀਂ ਉਹਨਾਂ ਡੰਗਰ ਹੀ ਕਿਆ ਮਾਰ ਗਿਆ। ਬਾਦ ਗੁਰ ਦੇ ਬੰਦਾ ਮੁੱਦਾ ਭਾਵੇਂ ਫਿਰਦਾ ਫਿਰਦਾ ਡੰਗਰ ਹੀ ਫਿਰਦੇ ਲਾਸ਼ਾਂ ਹੀ ਫਿਰਦੀਆਂ ਜੀਵ ਦੀਆਂ ਲਾਸ਼ਾਂ ਜਿਹਨਾਂ ਨਾਮ ਹੀ ਨਹੀਂ ਜਪਿਆ ਜਿਹਨਾਂ ਕੋਲ ਭਗਤੀ ਨਹੀਂ ਕੀਤੀ। ਅਸੀਂ ਆਪਣੇ ਸਵਾਸ ਉਪਦੇਸ਼ ਆਉਂਦੇ ਹਾਂ ਵੀ 24,000 ਸਵਾਸ ਫਕਰ ਦੇ ਸਾਰਿਆਂ ਦੇ ਮਹਾਰਾਜ 24,000 ਫਕਰ ਦੇ ਸਾਰੇ 24,000 12,000 ਵਾਰੀ ਬੰਦਾ ਸਵਾਸ ਬਾਹਰ ਕੱਢਦਾ 12,000 ਹੋ ਗਿਆ ਤਰਲੇ ਦਾ। ਉਹ ਅਸੀਂ ਬੇਸਤੀ ਕਰੀ ਜਾਂਦੇ ਹਾਂ